ਪੰਜਾਬ ਫਾਈਵ ਦੇਖ ਰਹੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਜੋ ਮਾਮਲਾ ਹੈ ਭੋਗਪੁਰ ਵਿਖੇ ਦਾ ਹੈ, ਜਿੱਥੇ ਕਿ ਪਿਛਲੇ ਦਿਨੀ ਪੁਲਿਸ ਮੁਲਾਜ਼ਮ ਵੱਲੋਂ 3 ਨੌਜਵਾਨਾਂ ਨੂੰ ਸੜਕ ਦੇ ਵਿਚਾਲੇ ਬੇਰਹਿਮੀ ਨਾਲ ਕੁੱਟਿਆ ਗਿਆ। ਆਓ ਇਹ ਸਾਰਾ ਹੀ ਮਾਮਲਾ ਤੁਹਾਨੂੰ ਪੰਜਾਬ ਫਾਈਵ ਚੈਨਲ 'ਤੇ ਦਿਖਾ ਰਹੇ ਹਾਂ, ਅਤੇ ਨਾਲੇ ਨੌਜਵਾਨਾਂ ਨਾਲ ਪੁੱਛਗਿੱਛ ਕਰਾਂਗੇ ਕਿ ਉਹਨਾਂ ਨਾਲ ਇਹ ਵਾਰਦਾਤ ਕਿਵੇਂ ਹੋਈ, ਕੀ ਕਾਰਨ ਸੀਗਾ। ਦੋ ਨੌਜਵਾਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਵੱਲੋਂ ਸੜਕ ਵਿਚਾਲੇ ਕੁੱਟਿਆ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਮੇਰਾ ਨਾਂ ਅਜੇ ਕੁਮਾਰ ਹੈ ਜੀ। ਅਸੀਂ ਨਾ ਪਾਰਟੀ ਤੋਂ ਆ ਰਹੇ ਸੀਗੇ, ਅਤੇ ਨਾਲ ਭਾਜੀ ਮੇਰੇ ਹਰਪ੍ਰੀਤ, ਮੇਰੇ ਭਾਜੀ ਹੁਣੀ, ਅਤੇ ਅਸੀਂ 3 ਜਣੇ ਸੀਗੇ। ਅਤੇ ਅਸੀਂ ਟੀ ਪੁਆਇੰਟ ਤੋਂ ਮੁੜੇ, ਉੱਥੇ ਕੋਈ ਨਾਕਾ ਨਹੀਂ ਲੱਗਾ ਸੀਗਾ। ਸਾਡੇ ਤੋਂ ਪਿੱਛੇ ਆਣ ਕੇ ਨਾ ਜਸਵਿੰਦਰ ASI ਨੇ ਉਹਨਾਂ ਨੇ ਲੱਤ ਮਾਰੀ, ਸਾਨੂੰ ਮੋਟਰਸਾਈਕਲ ਤੋਂ ਸਿੱਟ ਦਿੱਤਾ। ਭਾਈ ਨੂੰ ਕੁੱਟ ਕੁੱਟ ਕੇ ਬੇਹੋਸ਼ ਕਰ ਦਿੱਤਾ, ਭਾਈ ਨੂੰ ਕੁੱਟ ਕੁੱਟ ਬੇਹੋਸ਼ ਕਰ ਦਿੱਤਾ। ਮੇਰੇ ਚਪੇੜਾਂ ਬੜੀਆਂ ਮਾਰੀਆਂ ਜੀ, ਅਤੇ ਤੀਜੇ ਮੁੰਡੇ ਨੂੰ ਕੁਛ ਨਹੀਂ ਉਹਨਾਂ ਨੇ ਕਿਹਾ। ਦੱਸਿਆ ਇੱਦਾਂ ਸੀਗਾ ਕਿ ਇਹ ਮੇਰੇ ਦੋਸਤ ਦੇ ਬੇਟੇ ਆ, ਉਹ ਵੀ ਮੈਂ ਕੋਆਰਡੀਨੇਟਰ ਹਾਂ ASI ਵਿੰਗ ਦਾ, ਆਮ ਆਦਮੀ ਪਾਰਟੀ ਦੇ। ਇਹਨਾਂ ਦੇ ਫਾਦਰ ਸਾਹਿਬ ਸਾਡੇ ASI ਵਿੰਗ ਦੇ ਜੁਆਇੰਟ ਸੈਕਟਰੀ ਆ। ਮੇਰੇ ਤੱਕ ਜਦੋਂ ਆਹ ਵੀਡੀਓ ਪਹੁੰਚੀ ਨਾ, ਮੈਂ ਇਹਨਾਂ ਦੇ ਫਾਦਰ ਸਾਹਿਬ ਨੂੰ ਫੋਨ ਕੀਤਾ। ਮੈਂ ਕਿਹਾ ਵੀ ਆਹ ਗਰੁੱਪ ਦੇ ਵਿੱਚ ਮੈਨੂੰ ਇੱਕ ਵੀਡੀਓ ਆਈ ਆ, ਇਹ ਤੁਹਾਡੇ ਬੇਟੇ ਦੀ, ਇਹ ਕੀ ਚੱਕਰ ਆ ਇਹ? ਉਹ ਕਹਿੰਦੇ ਜੀ ਇਹ ਜਸਵਿੰਦਰ ASI ਨੇ ਸਾਡੇ ਮੁੰਡਿਆਂ ਨੂੰ ਘੇਰਿਆ ਸੀਗਾ ਅਤੇ ਘੇਰ ਕੇ ਕੁੱਟਿਆ। ਉਸ ਤੋਂ ਬਾਅਦ ਆਹ ਬੇਹੋਸ਼ ਹੋਇਆਂ ਦੀ ਵੀਡੀਓ ਆ, ਇਹਨਾਂ ਨੂੰ ਘੇਰ ਕੇ ਕੁੱਟਿਆ। ਉਸ ਤੋਂ ਬਾਅਦ ਜਸਵਿੰਦਰ ASI ਸਾਡੇ ਘਰ ਆਇਆ, ਸਾਡੇ ਮੁੰਡਿਆਂ ਨੂੰ ਧਮਕੀ ਦੇ ਕੇ ਗਿਆ ਵੀ ਮੈਂ ਤੁਹਾਡੇ 'ਤੇ ਪਰਚਾ ਪਾ ਦੂੰਗਾ, ਤੁਸੀਂ ਮੇਰੇ ਨਾਲ ਰਾਜ਼ੀਨਾਮਾ ਲਿਖੋ ਜਾਂ ਕੁਛ ਵੀ ਕਰੋ। ਪਰ ਇਹ ਜੋ ਵੀ ਇਹ ਕੰਮ ਹੋਇਆ, ਇਹ ਬਹੁਤ ਜ਼ਿਆਦਾ ਗਲਤ ਹੋਇਆ। ਅਸੀਂ ਪ੍ਰਸ਼ਾਸਨ, ਦੇਖੋ ਅਸੀਂ ਇੱਕ ਜ਼ਿੰਮੇਵਾਰ ਬੰਦੇ ਹਾਂ ਸ਼ਹਿਰ ਦੇ, ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਜ਼ਿਲ੍ਹਾ ਜੁਆਇੰਟ ਸੈਕਟਰੀ ਆ ASI ਦੇ, ਅਤੇ ਉਹ ਬਹੁਤ ਹੀ ਇਹ ਗਲਤ ਗੱਲ ਆ, ਜਦਕਿ ਇਹ ਚੀਜ਼ ਹੋਣੀ ਚਾਹੀਦੀ। ਅਸੀਂ ਇੱਕ ਆਮ ਨਾਗਰਿਕ ਹਾਂ, ਅਸੀਂ ਤਾਂ ਕਿਸੇ, ਮੈਂ ਕਹਿੰਦਾ ਜੇ ਮੁੰਡੇ ਗਲਤ ਕੰਮ ਕਰਦੇ ਆ ਕੁਛ ਵੀ, ਸਾਨੂੰ ਦੱਸਦਾ ਵੀ ਤੁਹਾਡੇ ਉਹਨਾਂ ਨੂੰ ਥਾਣੇ ਲੈ ਕੇ ਜਾਂਦਾ, ਅਸੀਂ ਮਗਰ ਜਾਂਦੇ, ਜ਼ਿੰਮੇਵਾਰ ਬੰਦੇ ਹਾਂ, ਜਾ ਕੇ ਅਸੀਂ ਇਹਨਾਂ ਨੂੰ ਛਡਾਉਂਦੇ। ਬਟ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਹੈ। ਜਸਵਿੰਦਰ ਸਿੰਘ ਇਹ ਸਰਾਸਰ ਗੁੰਡਾਗਰਦੀ ਆ, ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਲਈ ਇਹ ਵੀਡੀਓ ਪਾਈ ਆ ਵੀ ਇਹ ਸਾਡੇ ਵਰਗੇ ਇਨਸਾਨਾਂ ਦੇ ਨਾਲ, ਜ਼ਿੰਮੇਵਾਰ ਬੰਦਿਆਂ ਦੇ ਨਾਲ ਇਹ ਗੁੰਡਾਗਰਦੀ ਹੋ ਸਕਦੀ ਆ, ਅਤੇ ਕੱਲ੍ਹ ਨੂੰ ਆਮ ਇਨਸਾਨ ਤਾਂ ਉੱਦਾਂ ਹੀ ਧੱਕ ਦੇਣੇ ਇਹਨਾਂ ਨੇ। ਇਹ ਗੁੰਡਾਗਰਦੀ ਅਸੀਂ ਨਹੀਂ ਚੱਲਣ ਦੇਣੀ ਹੈਗੀ। ਇਹਦੇ ਵਿੱਚ ਅਸੀਂ ਰਿਟਨ ਦਰਖਾਸਤ ਵੀ ਦੇਵਾਂਗੇ, SSP ਸਾਹਿਬ ਨੂੰ ਵੀ ਸਵੇਰੇ ਮਿਲਾਂਗੇ, ਅਸੀਂ ਸਾਰੀ ਆਮ ਦੀ ਟੀਮ ਲੈ ਕੇ ਸਵੇਰੇ SSP ਸਾਹਿਬ ਨੂੰ ਮਿਲਾਂਗੇ। ਅਤੇ ਜਿਹੜਾ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਕਿੱਡਾ, ਉਹਦੇ ਇਹ ਕਹਿੰਦੇ ਸੀਗੇ ਜੀ ਵੀ ਤੁਹਾਡੇ 'ਤੇ ਅਸੀਂ ਪਰਚਾ ਪਾ ਦੇਣਾ ਆ ਵੀ ਤੁਸੀਂ ਹੁਣ ਸਾਈਨ ਕਰੋ। ਇਹਨਾਂ ਨੇ ਆਪਣਾ ਕਾਗਜ਼ ਪੱਤਰ ਲਿਖਿਆ ਸਾਡੇ ਕੋਲ, ਸਾਈਨ ਕਰਾ ਕੇ ਲੈ ਗਏ, ਸਾਈਨ ਕਰਾ ਕੇ ਲੈ ਗਏ। ਘਰ ਦੀ ਵੀਡੀਓ ਬਣੀ ਪਈ ਆ, ਸਾਡਾ ਘਰ ਆ ਜੀ, ਸਾਨੂੰ ਪੜਨਾ ਵੀ ਨਹੀਂ ਦਿੱਤਾ, ਸਾਨੂੰ ਥਾਣੇ ਨਹੀਂ ਇਹਨਾਂ ਨੇ ਸੱਦਿਆ, ਸਾਡਾ ਘਰ ਆ ਜੀ ਇੱਥੋਂ ਵੀਡੀਓ ਬਣਾ ਕੇ ਲਿਆ ਕੇ ਗਏ। ਅਤੇ ਉਹ ਕਹਿੰਦੇ ਵੀ ਥਾਣੇ ਬਣਾਈ, ਪਰ ਇੱਥੋਂ ਘਰੋਂ ਬਣਾਈ ਹੁੰਦੀ ਸਾਡੀ, ਉਹ ਵੀ ਡਰਾ ਕੇ ਸਾਨੂੰ।